ਹਾਂਜੀ ਮੇਰੇ ਵੀਰੋ ਸਤਿ ਸ੍ਰੀ ਅਕਾਲ ਨਮਸਕਾਰ ਤੇ ਸਲਾਮ ਵਾਲੇਕਮ ਵੈਲਕਮ ਬੈਕ ਮੋਡੋਲਿਆਂ ਦੀ ਤੁਹਾਡੀ ਫੇਰ ਫਾਰਮਿੰਗ ਦੀ ਵੀਡੀਓ ਓਏ ਹੋਏ ਪੱਦੜਾ ਲਸ਼ਕਣ ਲੱਗ ਗਿਆ ਮੇਰੇ ਵੀਰੋ ਤੇ ਪਿਛਲੇ ਐਪੀਸੋਡ 'ਚ ਤੁਸੀਂ ਕੀ ਦੇਖਿਆ ਸੀ ਜਿਹਨੂੰ ਨਹੀਂ ਪਤਾ ਕੀ ਦੇਖਿਆ ਸੀ ਉਹ ਜਾ ਕੇ ਦੇਖ ਸਕਦਾ ਬਾਈ ਤੇ ਜਿਹਨੂੰ ਪਤਾ ਮੇਰੇ ਵੀਰੋ ਆਪਾਂ ਕਰਦੇ ਪਏ ਸੀ ਵਾਢੀ ਹੈ ਨਾ ਚੌਲਾਂ ਦੀ ਮਸ਼ੀਨ ਲੱਗੀ ਪਈ ਹੈ ਇੱਕ ਟਰਾਲਾ ਆਪਾਂ ਛੱਡਿਆ ਹੁੰਦਾ ਸੀ ਭਰ ਕੇ ਆਪਣੇ ਨਾੜ ਗਿਆਰੇ ਤੇ ਉਧਰ ਨੂੰ ਗਏ ਸੀ ਅੱਜ ਦੇਖੋ ਤੁਸੀਂ ਧੁੰਦ ਧੁੰਦ ਪਈ ਪਈ ਆ ਤੇ ਮੈਂ ਇੱਥੇ ਰੋਕ ਲਿਆ ਸੀ ਤੇ ਆਪਾਂ ਅੱਜ ਜਿਹੜਾ ਕੰਮ ਕਰਨਾ ਉਹ ਵੀ ਤੁਹਾਡੇ ਸਾਹਮਣੇ ਆ ਕਿਉਂਕਿ ਮਸ਼ੀਨ ਬਾਈ ਉੱਥੇ ਲੱਗੀ ਪਈ ਆ ਅਜੇ ਕਿੱਲੇ 'ਚ ਕੰਮ ਮੁੱਕਿਆ ਨਹੀਂ ਥੋੜ੍ਹੇ ਜਿਹੇ ਜਿਹੜੇ ਚੌਲ ਆ ਉਹ ਭਰ ਕੇ ਫਿਰ ਤੇ ਫਿਰ ਆਪਾਂ ਲੈਣ ਜਾਣਾਗੇ ਇੱਕ ਨਵਾਂ ਟਰੈਕਟਰ ਲੈਣ ਤਾਂ ਕੀ ਜਾਣਾ ਮਤਲਬ ਇੱਕ ਬੰਦਾ ਵੇਚਦਾ ਸੀ ਟਰੈਕਟਰ ਬਾਈ ਤੇ ਉਹ ਟਰੈਕਟਰ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਅੱਜ ਨਵਾਂ ਟਰੈਕਟਰ ਤੇ ਉਹ ਟਰੈਕਟਰ ਅਰੇ ਬਾਈ ਬਾਈ ਦੇਖ ਕੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਊਗਾ ਪਰ ਉਹ ਦੇਖਣ ਲਈ ਤੁਹਾਨੂੰ ਦੇਖਣੀ ਪੈਣੀ ਆ ਵੀਡੀਓ ਬਾਈ ਐਂਡ ਤੱਕ ਜ਼ਰੂਰ ਦੇਖਿਓ ਵੈਸੇ ਆ ਖਾਲ ਵਿੱਚ ਦੀ ਟਰਾਲਾ ਛੇਤੀ ਮੁੜਿਆ ਨਹੀਂ ਸੀ ਨਹੀਂ ਤਾਂ ਆਪਾਂ ਸੜਕੋ ਸੜਕ ਹੀ ਜਾਣਾ ਸੀ ਪਰ ਆਹ ਵੀ ਖੇਤ ਆਪਣੇ ਆ ਬਾਈ ਇੱਧਰ ਆਲੂ ਬੀਜੇ ਪਏ ਆ ਤੁਹਾਨੂੰ ਪਤਾ ਮਸ਼ੀਨ ਲੱਗੀ ਪਈ ਆ ਅਤੇ ਬਾਕੀ ਆਹ ਟਰੈਕਟਰ ਤਾਂ ਤੁਹਾਨੂੰ ਵਧੀਆ ਲੱਗਿਆ ਸੀ ਹੈ ਨਾ ਸਾਰਿਆਂ ਦਾ ਪਿਆਰਾ ਹਰਮਨ ਪਿਆਰਾ ਟਰੈਕਟਰ ਮੇਰੇ ਵੀਰੋ ਨਾੜ ਗਿਆਰਾ ਆਪਣਾ ਝੋਟਾ ਅਤੇ ਮੈਂ ਪਹਿਲੇ ਗੇਅਰ 'ਚ ਦੱਬੀ ਲਈ ਆ ਨਾ ਅਤੇ ਇੱਧਰ ਆਪਣੀ ਹਵੇਲੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਦਿਖਾਉਂਦਾ ਅਤੇ ਬਾਈ ਨਾ ਆਪਣੇ ਆਪਾਂ ਇੱਕ ਹੋਰ ਕਾਰੋਬਾਰ ਸ਼ੁਰੂ ਕੀਤਾ ਉਹ ਕਿਹੜਾ ਕਾਰੋਬਾਰ ਆ ਉਹ ਤੁਹਾਨੂੰ ਲੱਗ ਜੂ ਪਤਾ ਹੁਣ ਜਿੱਦਾਂ ਤੁਸੀਂ ਦੇਖ ਸਕਦੇ ਆ ਅੱਗੇ ਉਹ ਟਰੱਕ ਖੜਾ ਨਾ ਦਿਖਦਾ ਨਾ ਤੁਹਾਨੂੰ ਟਰੱਕ ਖੜਾ ਅੱਗੇ ਅਤੇ ਇਹ ਕਾਰੋਬਾਰ ਸ਼ੁਰੂ ਮੈਂ ਕੀਤਾ ਗਾ ਮਿੱਟੀ ਵੇਚਣ ਦਾ ਬਾਈ ਮਤਲਬ ਆਪਾਂ ਇੱਥੇ ਮਾੜਾ ਕੁ ਮਿੱਟੀ ਦਾ ਕਾਰੋਬਾਰ ਕਰਨ ਲੱਗ ਗਏ ਹਾਂ ਮਤਲਬ ਜੇ ਕਿਸੇ ਨੂੰ ਮਿੱਟੀ ਮੁੱਟੀ ਚਾਹੀਦੀ ਹੋਈ ਸ਼ਾਇਦ ਆਇਆ ਖੜਾ ਗਾ ਟਰੈਕਟਰ ਕਿਸੇ ਦਾ ਬੱਲੇ ਮੈਨੂੰ ਲੱਗਦਾ ਟਰੈਕਟਰ ਆਇਆ ਖੜਾ ਕਿਸੇ ਦਾ ਅਤੇ ਤੁਸੀਂ ਵੀ ਸੋਚੋ ਬਾਈ ਇਹ ਟਰੱਕ ਦਾ ਕੀ ਕੰਮ ਹੈ ਇਹ ਵੀ ਤੁਹਾਨੂੰ ਦੱਸਦੇ ਹਾਂ ਆਪਾਂ ਦੋ ਕਿੱਥੇ ਕਾਰੋਬਾਰ ਸ਼ੁਰੂ ਕੀਤੇ ਆ ਪਹਿਲਾਂ ਸਭ ਤੋਂ ਪਹਿਲਾਂ ਦੇਖ ਲਈਏ ਕੀ ਚੱਲਦਾ ਪਿਆ ਉਹ ਬੱਲੇ ਬੱਲੇ ਆਇਆ ਪਿਆ ਟਰੈਕਟਰ ਕਿਸੇ ਦਾ ਬਾਈ ਬੱਲੇ ਅਤੇ ਰੁਕ ਜਾਓ ਮੈਂ ਨਾ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਾਂ ਇੱਥੇ ਕੀ ਸਿਸਟਮ ਆ ਕੀ ਨਹੀਂ ਬਾਅਦ 'ਚੋਂ ਆਪਾਂ ਕੰਮ ਕਰਦੇ ਹਾਂ ਟਰੈਕਟਰ ਤੋਂ ਉਤਰ ਦੀਏ ਬੱਲੇ ਆਹ ਟਰੈਕਟਰ ਕਿੰਨਾ ਦਾ ਆਇਆ ਪਿਆ ਅਤੇ ਟਰੈਕਟਰ ਚੈੱਕ ਕਰੋ ਬਾਬੇ ਕਿੰਨਾ ਘੈਂਟ ਲੱਗਦਾ ਇਹ ਵੀ ਤੁਹਾਨੂੰ ਚਲਾ ਕੇ ਦਿਖਾਵਾਂਗੇ ਪਰ ਮੈਨੂੰ ਲੱਗਦਾ ਇਹਨੇ ਮਿੱਟੀ ਭਰੀ ਪਈ ਆ ਉਹ ਅਤੇ ਆਹ ਜਿਹੜਾ ਟਰੱਕ ਖੜਾ ਇਹਦਾ ਕੰਮ ਇਹ ਆ ਬਾਈ ਬੱਦਲ ਲਸ਼ਕੀ ਜਾਂਦਾ ਪਰ ਬੱਦਲ ਤਾਂ ਉੱਤੇ ਕੋਈ ਨਹੀਂ ਦਿਖਦਾ ਮੈਨੂੰ ਅਤੇ ਆਹ ਚੈੱਕ ਕਰੋ ਇਹ ਆਪਾਂ ਬਣਾਇਆ ਇੱਥੇ ਖੂਹ ਮਤਲਬ ਇੱਥੇ ਬੋਰ ਕੀਤਾ ਸੀ ਜੇ ਪਾਣੀ ਪੂਣੀ ਕਿਸੇ ਨੂੰ ਚਾਹੀਦਾ ਹੁੰਦਾ ਮੈਨੂੰ ਲੱਗਦਾ ਟੈਂਕਰ ਆਇਆ ਸੀ ਪਾਣੀ ਲੈਣ ਸੋ ਇੱਦਾਂ ਦਾ ਹਿਸਾਬ ਕਿਤਾਬ ਇੱਥੇ ਚੱਲੀ ਜਾਂਦਾ ਅਤੇ ਪਰਲੇ ਪਾਸੇ ਜਿੱਦਾਂ ਤੁਹਾਨੂੰ ਪਤਾ ਹੀ ਆ ਅਤੇ ਉਹ ਖੜੀ ਮਸ਼ੀਨ ਮੈਨੂੰ ਲੱਗਦਾ ਅਤੇ ਇੱਕ ਟਰਾਲਾ ਆਪਾਂ ਛੱਡ ਜਾਂਦਾ ਸੀ ਜਿਨ੍ਹਾਂ ਨੂੰ ਪਤਾ ਪਿਛਲੇ ਐਪੀਸੋਡ ਵਿੱਚ ਅਤੇ ਆਪਣੇ ਦੂਜੇ ਟਰੈਕਟਰ ਕਿੱਧਰ ਗਏ ਹੋਏ ਅਰੇ ਬਾਈ ਬਾਈ ਇਹ ਮੈਂ ਕਿੱਧਰ ਦੀ ਪਾ ਲਿਆ ਟਰੈਕਟਰ ਹੁਣ ਆਪਣਾ 855 ਬਾਈ ਦੂਜਾ ਕਿੱਧਰ ਗਿਆ 963 ਸੱਚ ਮੈਨੂੰ ਲੱਗਦਾ ਨਾ ਭਈਆ ਲੈ ਕੇ ਯਾਰ ਭਈਏ ਨਹੀਂ ਆਪਣੇ ਲੋਟ ਆਉਂਦੇ ਅਤੇ ਉਹ ਝੂਟਾ ਟਰੈਕਟਰ ਜਿਹੜਾ ਤੁਸੀਂ ਦੇਖਿਆ ਸੀ ਪਿਛਲੇ ਐਪੀਸੋਡ 'ਚ ਬਾਈ ਉਹ ਟਰੈਕਟਰ ਪਤਾ ਨਹੀਂ ਹੁਣ ਮੈਨੂੰ ਸਮਝ ਨਹੀਂ ਲੱਗਾ ਜੀ ਦਿਖਦਾ ਨਹੀਂ ਇੱਥੇ ਕਿੱਧਰ ਗਿਆ ਪਰ ਕੋਈ ਨਾ ਜਦੋਂ ਦਿਖਿਆ ਫਿਰ ਤੁਹਾਨੂੰ ਦਿਖਾ ਦੂੰਗਾ ਕਿਉਂਕਿ ਭਈਏ ਆਪਣੇ ਲੈ ਜਾਂਦੇ ਆ ਬਾਈ ਅਤੇ ਆਹ ਮਸ਼ੀਨ ਵਾਲੇ ਨਾਲ ਜ਼ੋਰ ਲੱਗਿਆ ਪਿਆ ਵੇਟ ਕਰਦਾ ਸੀ ਮੈਨੂੰ ਲੱਗਦਾ ਇਹ ਵੀ ਆਹੋ ਵੇਟ ਹੀ ਕਰਦਾ ਸੀ ਰੋਕਦਾ ਟਰਾਲਾ ਮਾੜਾ ਕਿ ਸਹੀ ਕਰਕੇ ਲਾਵਾਂ ਅਤੇ ਇਹ ਤੋਂ ਜਿੰਨਾ ਮਾਲ ਬਾਈ ਆਪਣਾ ਭਰਿਆ ਗਿਆ ਇਹਨੇ ਮਸ਼ੀਨ 'ਚ ਅਤੇ ਟਰਾਲੇ 'ਚ ਪਵਾਉਂਦੇ ਆਪਾਂ ਅਤੇ ਫਿਰ ਇਹ ਆਪਦਾ ਕੰਮ ਕਰਦਾ ਰਹੂਗਾ ਅਤੇ ਫਿਰ ਆਪਾਂ ਬਾਅਦ 'ਚੋਂ ਜਾਵਾਂਗੇ ਬਾਈ ਕੀ ਕਹਿੰਦੇ ਹੁੰਦੇ ਆਪਣਾ ਉਹ ਬਾਈ ਗੇਅਰ ਨਹੀਂ ਪੈਂਦਾ ਥੋੜ੍ਹੀ ਅਰੇ ਬਾਈ ਕਊਆ ਬਰਿਆ ਨਹੀਂ ਹੋ ਜਾਣਾ ਸੀ ਕੰਮ ਥੋੜ੍ਹੀ ਇੱਦਾਂ ਸਹੀ ਆ ਓਕੇ ਓਕੇ ਭਾਅ ਜੀ ਸਹੀ ਲਓ ਬਾਈ ਮੈਂ ਮਾਲ ਪੱਤਾ ਇੱਥੇ ਭਰਾਉਂਦਾ ਗਾ ਇਹਤੋਂ ਅਤੇ ਬਾਕੀ ਟਰੈਕਟਰ ਦਾ ਇਹਦਾ ਘੈਂਟ ਹੈ ਨਾ ਅਤੇ ਜਿਹੜਾ ਟਰੈਕਟਰ ਅੱਜ ਆਪਾਂ ਲੈਣ ਜਾਣਾ ਬਾਈ ਉਹ ਟਰੈਕਟਰ ਯਾਰ ਉਹ ਟਰੈਕਟਰ ਨੇ ਫੇਅਰ ਕਰਤਾ ਪਰ ਕੋਈ ਨਾ ਦੇਖਦੇ ਹਾਂ ਪਰ ਉਹ ਟਰੈਕਟਰ ਜਿਹੜਾ ਖੜਾ ਬਾਈ ਕਿਸੇ ਦਾ ਫੋਰ ਟਰੈਕਟਰ ਪਿਛਲੇ ਚੌੜੇ ਟਾਇਰਾਂ ਵਾਲਾ ਉਹ ਵੀ ਆਪਾਂ ਚਲਾਵਾਂਗੇ ਪਰ ਆਹ ਚੈੱਕ ਕਰੋ ਤੁਸੀਂ ਟਰਾਲਾ ਤਾਂ ਮੈਂ ਇਹ ਟਰਾਲਾ ਲਿਆਂਦਾ ਸੀ ਕਿਉਂਕਿ ਜਿਹੜਾ ਪਿਛਲੀ ਵਾਰੀ ਵਾਲਾ ਟਰਾਲਾ ਸੀ ਨਾ ਬਾਈ
ਉਹਦੇ ਵੈਡਰ ਨਹੀਂ ਲੱਗੇ ਸੀ। ਤਾਂ ਮੈਂ ਧਾਲੀਵਾਲ ਨੂੰ ਕਹਿੰਦਾ ਕਿ ਮੈਨੂੰ ਦੂਜਾ ਟਰਾਲਾ ਭੇਜ ਜਿਹਦੇ ਵੈਡਰ ਲੱਗੇ ਹੋਣ, ਕਿਉਂਕਿ ਮਾਲ ਪੱਤਾ ਜੀ 'ਚ ਜ਼ਿਆਦਾ ਪਵੇ। ਉਹ 'ਚ ਦੋ ਗੇੜਿਆਂ 'ਚ ਮਸ਼ੀਨ ਦਾ ਮਤਲਬ ਭਰ ਜਾਂਦਾ ਸੀ ਉਹ ਟਰਾਲਾ। ਹੁਣ ਦੇਖੋ ਉਹ ਵੀ ਆਪਦਾ ਕੰਮ ਕਰਨ ਲੱਗ ਗਿਆ, ਅਤੇ ਇਹ ਮੈਂ ਟਰਾਲੇ ਨੂੰ ਇੱਥੇ ਲਾਉਂਦਾ ਬਈ, ਅਤੇ ਜਦੋਂ ਆ ਮਸ਼ੀਨ ਵਾਲਾ ਫਿਰ ਗੇੜੇ 'ਚ ਲਾ ਕੇ ਆ ਗਿਆ, ਫਿਰ ਆਪਾਂ ਉਹ ਕਰ ਲਾਂਗੇ। ਅਤੇ ਉਨਾ ਟਾਈਮ ਆਪਾਂ ਨਾ ਜਾਂਦੇ ਹਾਂ, ਤੁਹਾਨੂੰ ਮੈਂ ਦਿਖਾਉਂਦਾ ਗਾ ਹਿਸਾਬ ਕਿਤਾਬ। ਅਰੇ ਬਾਈ ਕਿਹੜਾ ਗੇਅਰ ਪਾਈ ਜਾਂਦਾ ਮੈਂ, ਉਹ ਤੁਰਪਾ ਨਾੜ ਗਿਆ ਰਿਹਾ ਨਹੀਂ ਰੀ ਸਾਹ ਤੇਰੀਆਂ। ਅਤੇ ਮੈਂ ਤੁਹਾਨੂੰ ਦਿਖਾਉਂਦਾ ਬਈ ਆਹ ਟਰੈਕਟਰ ਚਲਾ ਕੇ, ਕਿਉਂਕਿ ਮੇਰਾ ਦਿਲ ਕਰਦਾ ਚਲਾਉਣ ਦਾ। ਆਹ ਜਿਹੜਾ ਫੋਰਡ ਖੜ੍ਹਾ ਨਾ ਕਿਸੇ ਦਾ, ਇੱਧਰ ਚੈੱਕ ਕਰੋ ਤੁਸੀਂ ਬਾਬਿਓ, ਸਭ ਤੋਂ ਪਹਿਲਾਂ ਫੋਰਡ ਟਰੈਕਟਰ ਚੈੱਕ ਕਰੋ, ਘੈਂਟ ਹੈ ਨਾ। ਅਤੇ ਟਰਾਲੇ ਦੇ ਟਾਇਰ ਬਈ, ਟਰਾਲੀ ਇਹ ਪਤਾ ਨਹੀਂ ਕਿਵੇਂ ਦੀ ਗਈ ਯਾਰ, ਮੈਨੂੰ ਪਤਾ ਸੈਣੀ ਦੀ ਟਰਾਲੀ ਲੱਗਦੀ ਹੈ ਬਈ, ਕਿਉਂਕਿ ਉਹਨੇ ਇਹ ਜਿਹੀ ਟਰਾਲੀ ਲਿਆਂਦੀ ਸੀਗੀ। ਅਤੇ ਇਹਦਾ ਟਾਇਰ ਚੈੱਕ ਕਰੋ ਤੁਸੀਂ, ਪੂਰਾ ਬੈਠਿਆ ਪਿਆ ਜਾਂ ਟੁੱਟਿਆ ਪਿਆ ਸਮਝ ਨਹੀਂ ਲੱਗਦੀ, ਪਰ ਆਹ ਟਰੈਕਟਰ ਚੈੱਕ ਕਰੋ ਬਾਬਿਓ, ਘੈਂਟ ਹੈ ਨਾ। ਅਤੇ ਇਹ ਟਰੈਕਟਰ ਆਪਾਂ ਹੁਣ ਤੁਹਾਨੂੰ ਚਲਾਈਏ, ਕੱਢੀਏ ਇੱਥੋਂ। ਅਤੇ ਮਾਮੇ ਹੀਰ ਦੇ ਨੇ ਮੈਨੂੰ ਪਤਾ ਨਹੀਂ ਇੱਥੇ ਕਿਹਨੇ ਲਾਇਆ। ਅਰੇ ਬਾਈ ਟਰੈਕਟਰ ਦੀ ਆਵਾਜ਼ ਠੱਠ ਠੱਠ, ਉਹ ਭਰਾਵਾ ਟਾਇਰ ਤਾਂ ਇੱਦਾਂ ਪਾਇਆ ਪਰ ਤੁਰਦਾ ਕਦੋਂ। ਉਹਨੇ ਥੋਡੀ ਥੋਡੀ ਥੋਡੀ, ਉਹਨੇ ਬਾਈ ਬਾਈ ਸੂਤਾ ਪੰਗਾ ਪੈ ਗਿਆ, ਸੂਤਾ ਪੰਗਾ ਪੈ ਗਿਆ। ਮੈਨੂੰ ਲੱਗਦਾ ਤਾਂ ਹੀ ਉਹ ਗਿਆ ਸੀ ਬਾਈ ਬੰਦਾ ਇੱਥੇ ਟਰੈਕਟਰ ਛੱਡ ਗਿਆ ਉਹਦਾ, ਮੈਨੂੰ ਲੱਗਦਾ ਉਹਦਾ ਵਿਚਾਰੇ ਦਾ ਟਰੈਕਟਰ ਖੁੱਭ ਗਿਆ। ਖੁੱਭ ਗਿਆ ਤਾਂ ਕੀ ਹੋ ਗਿਆ, ਪੂਰਾ ਜ਼ੋਰ ਲਾਇਆ ਪਿਆ, ਮੀਡੀਅਮ 'ਚ ਤੋੜਦੇ ਹਾਂ ਹੁਣ। ਅਰੇ ਭਾਈ ਤੁਰਪਾ ਤੁਰਪਾ ਤੁਰਪਾ, ਇੱਥੋਂ ਕੱਢ ਦਈਏ ਇਹਦਾ ਟਰਾਲਾ ਬਾਈ ਬੰਦੇ ਦਾ, ਸੜਕ 'ਤੇ ਲਿਆ ਦਿੰਦੇ ਹਾਂ, ਕਿਉਂਕਿ ਆਹ ਨਾ ਬਾਈ ਕੰਮ ਖਰਾਬ ਕਰਤਾ ਆਪਾਂ। ਪਰ ਕੋਈ ਚੱਕਰ ਨਹੀਂ, ਵਧੀਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਮੁੰਡੇ ਦਾ। ਅਰੇ ਬਾਈ ਬਾਈ ਨਿਕਲ ਗਿਆ ਨਿਕਲ ਗਿਆ ਮੁੰਡੇ, ਬੱਲੇ ਮੰਨ ਗਏ ਬਾਈ ਫੋਰ ਟਰੈਕਟਰ ਨੂੰ। ਕਾਰ ਮਰੂਤੀ ਕੀ ਰੀਸ ਕਰੂਗੀ, ਸਾਡੇ ਫੋਰ ਟਰੈਕਟਰ ਦੀ ਵਾਲਾ ਕੰਮ ਹੋ ਗਿਆ ਬਾਈ। ਕਿੱਦਾਂ ਲੱਗਿਆ ਟਰੈਕਟਰ ਮੁੰਡੇ? ਇਹ ਆਪਣਾ ਨਹੀਂ ਵੈਸੇ, ਕੋਈ ਇੱਥੋਂ ਆਪਣੀ ਮਿੱਟੀ ਲੈਣ ਆਇਆ ਸੀ ਬਾਈ, ਪਹਿਲਾਂ ਗਾਹਕ ਉਹਨਾਂ ਦਾ ਸੈਣੀ ਸੂਣੀ ਦਾ ਲੱਗਦਾ। ਪਰ ਅਰੇ ਬਾਈ ਨਿਕਲ ਜੂ ਭਰਾਵਾ, ਸੜਕ ਉੱਤੇ ਕਰਨਾ ਸੀ, ਕਿੱਧਰ ਨੂੰ ਲਿਆਂਦਾ ਬਾਈ, ਹੁਣ ਆਹ ਵਾਹਨ 'ਚ ਲਿਆਂਦਾ ਮੈਂ, ਕੋਈ ਨਾ ਕਰਦੇ ਹਾਂ ਰੋਜ਼। ਮੁੜਦਾ ਨਹੀਂ ਛੇਤੀ ਯਾਰ, ਕਟਾਈ ਘੱਟ ਆ ਫੋਰਡ ਦੀ, ਬਸ ਆ ਇੱਥੋਂ ਬਾਹਰ ਕੱਢ ਦਈਏ ਆਪਾਂ ਬਾਈ ਇਹਨੂੰ, ਅਤੇ ਬਾਅਦ 'ਚੋਂ ਆਪਾਂ ਜਾਂਦੇ ਹਾਂ ਦੂਜਾ ਟਰੈਕਟਰ ਲੈਣ ਬਾਈ, ਕਿਉਂਕਿ ਉਹ ਮੈਂ ਕੀਤੀ ਸੀ ਗੱਲ, ਉਹ ਬਾਈ ਕਹਿੰਦਾ ਰੈਡੀ ਖੜ੍ਹਾ ਸਾਰਾ ਕੁਛ, ਤੂੰ ਟਰੈਕਟਰ ਚੱਕ ਕੇ ਨਾ ਲਿਆ ਆਪਦਾ। ਇਹ ਮੁੜ ਜੂਗਾ ਹੁਣ ਕਿ ਨਹੀਂ ਅੱਜ ਦੀ ਦਿਹਾੜੀ? ਅਰੇ ਭਾਈ ਇਹਨੂੰ ਇੱਥੇ ਹੀ ਛੱਡੋ ਯਾਰ ਭਾਈ, ਇਹ ਤਾਂ ਮੈਨੂੰ ਲੱਗਦਾ ਫਸ ਗਿਆ। ਪਰ ਟਰੈਕਟਰ 'ਚ ਦੇਖਣ ਨੂੰ ਤਾਂ ਇੱਦਾਂ ਲੱਗਦਾ, ਪਰ ਪਾਵਰ ਮੈਨੂੰ ਲੱਗਦਾ ਬਾਈ ਘੱਟ ਲੱਗਦੀ ਹੈ ਟਰੈਕਟਰ 'ਚ। ਅਤੇ ਤੁਸੀਂ ਗੈਸ ਕਰੋ ਕਿਹੜਾ ਟਰੈਕਟਰ ਹੋ ਸਕਦਾ ਬਾਈ ਆਪਾਂ, ਪਰ ਮੈਂ ਥੰਬਨੇ ਸ਼ਾਇਦ ਲਾਵਾਂ, ਪਰ ਪਤਾ ਨਹੀਂ ਬਾਕੀ। ਅਤੇ ਬਾਕੀ ਹੁਣ ਆਪਾਂ ਉੱਧਰ ਨੂੰ ਜਾਣਾ ਤਾਂ ਹੈਗਾ ਮੇਰੇ ਵੀਰੇ, ਅਤੇ ਆਪਾਂ ਜਾਂਦੇ ਹਾਂ ਆਪਣਾ ਨਾੜ ਗਿਆਰਾ ਲੈ ਕੇ, ਤੁਹਾਨੂੰ ਵੀ ਪਤਾ ਪਰ ਆਪਣਾ ਦੂਜਾ ਸਵਰਾਜ ਟਰੈਕਟਰ ਪਤਾ ਨਹੀਂ ਕਿੱਧਰ ਗਿਆ, ਅਤੇ ਆਪਾਂ ਚੱਕਦੇ ਹਾਂ ਆਪਣਾ ਨਾੜ ਗਿਆਰਾ। ਉਹ ਇਹ ਤਾਂ ਸਟਾਰਟ ਹੀ ਖੜ੍ਹਾ ਹੁੰਦਾ ਬਾਈ, ਨਾੜ ਗਿਆਰੇ ਦੇ ਪਿੱਛੇ ਪਾ ਕੇ ਕੱਢਦੀ ਟਰਾਲੀ ਉਹਦੀ ਬਾਈ ਦੀ, ਨਹੀਂ ਬਾਅਦ 'ਚੋਂ ਕੱਢਦੇ ਹਾਂ, ਕੋਈ ਬਾਅਦ 'ਚੋਂ ਕੱਢਦੇ, ਅਜੇ ਕੰਮ ਬਹੁਤ ਆ, ਕੋਈ ਨਾ ਖੜ੍ਹਾ ਰਹਿਣ ਦੇ, ਜਦੋਂ ਬੰਦਾ ਆ ਗਿਆ ਬਾਈ ਉਦੋਂ ਲੈ ਜੂਗਾ। ਅਤੇ ਉੱਧਰ ਮਸ਼ੀਨ ਵੀ ਲੱਗੀ ਪਈ ਆ, ਅਤੇ ਆਪਣਾ ਟਰਾਲਾ ਵੀ ਭਰ ਜੂਗਾ। ਅਤੇ ਮੈਨੂੰ ਉਹਦੀ ਨਹੀਂ ਸਮਝ ਲੱਗੀ ਬਾਈ, ਆਪਣੇ ਦੂਜੇ ਸਵਰਾਜ 963 ਕਿੱਧਰ ਫਿਰਦੇ ਆ, ਜਿਹੜੇ ਇੱਥੇ ਹਲ ਮਾਰਦੇ ਪਏ ਸੀ ਆਪਾਂ ਪਿਛਲੀ ਵਾਰੀ, ਉਹਨਾਂ ਦੀ ਨਹੀਂ ਮੈਨੂੰ ਸਮਝ ਲੱਗੀ। ਲਓ ਬਾਈ ਇੱਥੇ ਖੜ੍ਹੇ ਹੋਣੇ ਚਾਹੀਦੇ, ਦਿਖਦੇ ਹੀ ਨਹੀਂ ਯਾਰ, ਪਤਾ ਨਹੀਂ ਕਿੱਧਰ ਗਏ। ਚਲੋ ਕੋਈ ਨਹੀਂ, ਤਾਂ ਲਓ ਬਾਈ ਮੁੰਡਾ ਹੁਣ ਆਪਾਂ ਜਾਂਦੇ ਹਾਂ, ਜ਼ਿਆਦਾ ਦੂਰ ਨਹੀਂ ਜਾਣਾ, ਇੱਥੇ ਹੀ ਆ ਨਾਲ ਦੇ ਖੇਤ ਵਾਲੀ ਬਾਈ ਹੁਣੀ ਆਪਣੇ, ਉਹ ਬਾਹਰ ਚਲੇ ਗਏ ਆ, ਅਤੇ ਉਹਨਾਂ ਨੇ ਆਪਣਾ ਟਰੈਕਟਰ ਵੇਚਣ 'ਤੇ ਲਾਤਾ ਸੀ ਬਾਈ। ਅਤੇ ਉਹ ਟਰੈਕਟਰ ਬਾਈ ਬਹੁਤ ਸੋਹਣਾ ਗਾ, ਤੁਹਾਨੂੰ ਮੈਂ ਦਿਖਾਉਂਦਾ ਗਾ, ਕਿਉਂਕਿ ਆਪਾਂ ਕਰ ਲਈ ਸੀ ਡੀਲ, ਮੈਂ ਕਿਹਾ ਬਾਈ ਦੇ ਦਿਓ ਸਾਨੂੰ ਕੋਈ ਚੱਕਰ ਨਹੀਂ।
2 ਲੱਖ 'ਚ ਆਪਣੇ ਨੂੰ ਟਰੈਕਟਰ ਮਿਲ ਗਿਆ। ਮਤਲਬ ਬਹੁਤ ਸੋਹਣਾ ਟਰੈਕਟਰ ਆ। ਮੈਂ ਕਿਹਾ ਚੈੱਕ ਕਰਿਓ ਤੁਸੀਂ ਬਾਬਿਓ। ਆਹ ਦੇਖਿਆ, ਤੁਹਾਨੂੰ ਕਿਹਾ ਸੀ ਨਾ ਜ਼ਿਆਦਾ ਦੂਰ ਨਹੀਂ। ਆਹ ਦੇਖੋ, ਆਹ ਪੈਲੀ ਪੂਲੀ ਇੱਥੇ ਪੂਰਾ ਕਰਕੇ ਕਲੀਅਰ ਨਾਲ ਚਲੇ ਗਏ ਬਾਈ ਹੁਣੀ। ਅਤੇ ਟਰੈਕਟਰ ਬੁਝੋ ਕਿਹੜਾ ਗਾ ਬਾਈ, ਨਾ ਇਹ ਸੋਨਾਲੀਕਾ, ਨਾ ਇਹ ਨਿਊ ਹੋਲੈਂਡ ਵਗੈਰਾ, ਇਹ ਟਰੈਕਟਰ ਕਿਹੜਾ ਗਾ ਮੁੰਡੇ ਦੱਸੋ, ਇਹ ਟਰੈਕਟਰ ਕਿਹੜਾ ਗਾ? ਬੁਝੋ ਬੁਝੋ, ਇਹ ਤਾਂ ਦਿਖਦਾ ਨਹੀਂ ਪਿਆ ਹਜੇ, ਕਿਹੜਾ ਟਰੈਕਟਰ ਹੈ? ਹਾਂ ਬੋਝੀ ਲਿਆ ਤੁਸੀਂ, ਹਾਂ ਬੋਝੀ ਲਿਆ ਮੁੰਡਾ, ਨਹੀਂ ਰੀ ਸੱਤ ਹੱਡੀਆਂ ਮੇਰੇ ਵੀਰੇ, ਮਾਸ਼ਾਅੱਲਾ ਓਏ ਬੱਲੇ, ਹੁੱਕ ਪਊਗੀ ਕਿ ਨਹੀਂ? ਰੋ ਜਾਓ, ਬਾਕੀ ਮੈਨੂੰ ਪਹਿਲਾਂ ਪਾ ਲੈਂਦੋ ਟ੍ਰੇਲਰ ਦਾ ਪਿੱਛੇ। ਹੁੱਕ ਕਿੱਧਰ ਚਲੀ ਗਈ ਉਹਦੀ, ਪੈਂਦਾ ਵੀ ਆ ਪਿੱਛੇ ਕਿ ਨਹੀਂ? ਇਹ ਲਓ ਬਈ, ਉਹ ਉੱਤਰ ਜਾ, 69 ਤਾਂ ਆਪਣਾ ਧਵਾਉਣ ਵਾਲਾ ਹੋਇਆ ਪਿਆ ਬਾਈ। ਅਤੇ ਆਹ ਟਰੈਕਟਰ ਚੈੱਕ ਕਰੋ ਬਾਬੇ, ਕਿਹੜਾ ਟਰੈਕਟਰ ਹੈ? ਆਕਾਸ਼ ਉਹਨਾਂ ਨੇ ਧੋਤਾ ਹੁੰਦਾ, ਕਿਉਂਕਿ ਬਾਈ ਹੁਣੇ ਆ ਪੈਲੀ ਪੂਲੀ ਇੱਧਰ ਕਲੀਅਰ ਕਰਦੇ ਸੀ, ਸਾਰਾ ਕੁਛ ਇਹਨਾਂ ਨੇ ਕਲੀਅਰ ਕਰਤਾ ਅਤੇ ਟਰੈਕਟਰ ਵੀ ਲਿਬੜਿਆ ਸੀ, ਅਤੇ ਨਾਲ ਹੀ ਆਪਣੀ ਡੀਲ ਹੋ ਗਈ ਮੁੰਡੇ। ਉਹ ਟਰੈਕਟਰ ਦਾ ਨਾਂ ਹੈਗਾ ਗਾ ਫੋਰਡ ਕੰਪਨੀ ਦਾ ਟਰੈਕਟਰ ਆ, 3630 ਫੋਰਡ ਆ, ਅਤੇ ਨਿਊ ਹੋਲੈਂਡ ਆ ਪਿੱਛੇ ਕੀ ਲਿਖਿਆ, ਨਿਊ ਹੋਲੈਂਡ ਅਤੇ ਮੂਹਰੇ ਲਿਖਿਆ ਫੋਰਡ, ਫੋਰਡ ਆ ਹੈਨਾ ਸਟਿੱਕਰ, ਨਿਊ ਹੋਲੈਂਡ ਹੋਰ ਆ, ਫੋਰਡ ਹੋਰ ਹੁੰਦਾ ਕਿ ਨਹੀਂ ਬਾਬੇ? ਆਹ ਚੈੱਕ ਕਰੋ, ਆਹ ਕੀ ਲਿਖਿਆ, ਨਿਊ ਹੋਲੈਂਡ ਫੋਰਡ। ਇਹ ਮੈਨੂੰ ਨਹੀਂ ਸਮਝ ਲੱਗੀ, ਨਿਊ ਹੋਲੈਂਡ ਵਾਲਿਆਂ ਦਾ ਫੋਰਡ ਹੁੰਦਾ ਅਤੇ ਫੋਰਡ ਵਾਲਿਆਂ ਦਾ ਹੀ ਫੋਰਡ ਹੁੰਦਾ? ਕਮੈਂਟ ਕਰਕੇ ਦੱਸਿਓ ਬਾਈ। ਅਤੇ ਆਹ ਟਰੈਕਟਰ ਦੀ ਮੈਂ ਗੱਲ ਕਰਦਾ ਸੀ ਮੇਰੇ ਵੀਰੋ, ਅਤੇ ਇਹ ਟਰੈਕਟਰ ਨੂੰ ਲੈ ਕੇ ਜਾਂਦੇ ਹਾਂ ਹੁਣ ਆਪਾਂ ਆਪਣੇ ਘਰੇ, ਘਰੇ ਕੀ ਹਵੇਲੀ 'ਚ ਲੈ ਕੇ ਜਾਂਦੇ ਹਾਂ, ਅਤੇ ਫਿਰ ਬਾਅਦ 'ਚੋਂ ਦੇਖਦੇ ਹਾਂ ਚਲਾ ਕੇ, ਕਿਉਂਕਿ ਆਪਣੇ ਕੋਲ ਸਵਰਾਜ ਵੀ ਹੈਗੇ, ਆਪਣੇ ਕੋਲ 69 ਵੀ ਹੈਗਾ, ਆਪਣੇ ਕੋਲ ਫੋਰਡ ਹੈ ਨਹੀਂ। ਪਹਿਲਾਂ ਹੁੰਦਾ ਸੀ ਆਪਣੇ ਕੋਲ ਇੱਕ ਛੋਟਾ ਫੋਰਡ, ਪਰ ਆਹ ਜਿਹੜਾ ਫੋਰਡ ਆ ਬਈ, ਇਹ ਮੈਨੂੰ ਲੱਗਦਾ ਥੋੜ੍ਹੀ ਜਿਹੀ ਇਹਦੀ ਸ਼ੇਪ ਜੀ ਚੈੱਕ ਕਰੋ ਤੁਸੀਂ, ਨਵਾਂ ਟਰੈਕਟਰ ਆ। ਅਤੇ ਇਹ ਟਰੈਕਟਰ ਮੈਂ ਕਿਹਾ ਵਧੀਆ ਲੱਗਿਆ ਮੈਨੂੰ, ਮੈਂ ਕਿਹਾ ਚਲੋ ਦੇਖਦੇ ਹਾਂ ਕਰਕੇ। ਬਾਕੀ ਯਾਰ ਟਰੱਕ ਵਾਲਾ ਬੰਦਾ ਹਜੇ ਟਰੱਕ ਲੈ ਕੇ ਨਹੀਂ ਗਿਆ, ਉਹ ਖੜਾ ਉਹਦਾ, ਅਤੇ ਟਰੈਕਟਰ ਆਪਾਂ ਚਲਾ ਕੇ ਦੇਖਾਂਗੇ ਕੀ ਬਣਦਾ ਕੀ ਨਹੀਂ। ਤੁਹਾਡੀ ਨੂੰ ਹਾਲ ਲੱਗੇ ਪਏ ਸੀ ਪਿੱਛੇ, ਪਤਾ ਨਹੀਂ। ਅਤੇ ਲਓ ਵੀ ਮੁੰਡੇ ਆਪਾਂ ਆਪਣੀ ਹਵੇਲੀ 'ਚ ਪਹੁੰਚ ਚੁੱਕੇ ਹਾਂ, ਹਵੇਲੀ ਦੇ ਮੂਹਰੇ ਹੀ ਬਾਈ ਵੇਖੋ ਕੀ ਕੀ ਕੰਮ ਇੱਥੇ ਚੱਲੀ ਜਾਂਦਾ। ਉਹ ਫੋਰ ਟਰੈਕਟਰ ਦੂਜੇ ਨਾਲ ਖੜਾ, ਹੁਣ ਇੱਦਾਂ ਕਰਦੇ ਹਾਂ ਆਪਾਂ, ਇਹ ਟਰੈਕਟਰ ਹੁਣ ਤੁਹਾਨੂੰ ਪਤਾ ਹੀ ਆਪਾਂ ਜਿਹੜਾ ਲੈ ਕੇ ਆਉਂਦਾ ਅੱਜ, ਇਹ ਟਰੈਕਟਰ ਨੂੰ ਆਪਾਂ ਆਪਣੇ ਵਾਹਨ 'ਚ ਲਾ ਲੈਂਦੇ ਹਾਂ ਇੱਥੇ। ਪਰ ਬਾਈ ਯਾਰ ਮੈਂ ਬਈਆਂ ਨੂੰ ਨਾ ਮੇਥੋਂ ਗਾਲਾਂ ਲੈਣਗੇ ਬਈਏ ਹੁਣ ਆਪਣੇ, ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਉਹ ਕਰ ਲਓ ਬਾਈ, ਕੀ ਕਹਿੰਦੇ ਹੁੰਦੇ ਆਪਣਾ, ਉਹ ਤੁਹਾਡੇ ਨੇ ਤਾਂ ਹੀ ਰਹਿੰਦੇ, ਇੱਧਰ ਹਾਲ ਹੂਲ ਮਾਰ ਦਿਓ ਤੁਸੀਂ ਦੂਜੇ ਟਰੈਕਟਰ ਨਾਲ, ਪਰ ਉਹ ਟਰੈਕਟਰ ਪਤਾ ਨਹੀਂ ਲੈ ਕੇ ਕਿੱਧਰ ਫਿਰਦੇ ਆ, ਮੰਡੀਰ ਆਖੇ ਨਹੀਂ ਲੱਗਦੀ ਆ। ਤਾਂ ਕਰਕੇ ਨਾ ਹੁਣ ਬਾਈ ਬਈਆਂ ਭਈਆਂ ਨੂੰ ਆਪਾਂ ਭੇਜਦੇ ਹਾਂ, ਹੁਣ ਸਾਰਾ ਕੰਮ ਆਪਾਂ ਆਪ ਹੀ ਕਰ ਲਿਆ ਕਰਾਂਗੇ। 1-2 ਹੀ ਭਈਏ ਰੱਖਣੇ ਆ, ਪਹਿਲਾਂ ਮੈਂ ਜ਼ਿਆਦਾ ਹੀ ਭਈਏ ਰੱਖੀ ਸੀ, ਵੈਸੇ ਨਹੀਂ 1-2 ਹੀ ਸੀਗੇ। ਉਹ ਫੋਰ ਟਰੈਕਟਰ ਬਾਈ, ਫੋਰ ਟਰੈਕਟਰ ਜਿੱਦਾਂ ਤੁਸੀਂ ਦੇਖ ਸਕਦੇ ਹਾਂ, ਨਵਾਂ ਆਪਾਂ ਫੋਰ ਟਰੈਕਟਰ ਨਹੀਂ ਲਿਆਂਦਾ, ਚੱਲਦਾ ਲਿਆਂਦਾ, ਅਤੇ ਆਪਣੇ ਬਾਈ ਤੋਂ ਇਹ ਹੋ ਗਿਆ ਹੁਣ ਆਪਣਾ ਟਰੈਕਟਰ। ਇਹ ਟਰੈਕਟਰ ਦੀ ਤੁਸੀਂ ਚੈੱਕ ਕਰੋ ਸ਼ੇਪ ਸ਼ੂਪ, ਅਤੇ ਆਵਾਜ਼ ਵੂਜ ਚੈੱਕ ਕਰੋ, ਮਾਰਦਾ ਨਾ ਫਰਾਟੇ ਤੁਹਾਡੇ। ਇਹ ਫੋਰਡ ਅਤੇ ਉਹ ਫੋਰਡ 'ਚ ਕੀ ਫਰਕ ਹੈ ਯਾਰ, ਚੈੱਕ ਕਰੋ ਬਾਬਿਓ। ਮਤਲਬ ਆਹ ਟਰੈਕਟਰ ਫੋਰਡ ਆ, ਅਤੇ ਆਹ ਜਿਹੜਾ ਆਪਣਾ ਸਾਹਮਣੇ ਖੜ੍ਹਾ ਇਹ ਵੀ ਫੋਰਡ ਆ, ਆਹ ਜਿਹੜਾ ਸਾਹਮਣੇ ਖੜ੍ਹਾ ਹੈ ਨਾ। ਹੁਣ ਤੁਹਾਨੂੰ ਮੈਂ ਨਾਨ ਲਾ ਕੇ ਦਿਖਾਉਂਦਾ, ਇੱਧਰ ਚੈੱਕ ਕਰੋ, ਆਹ ਵੀ ਫੋਰਡ ਆ, 3600 ਇਹ ਕਿਹੜਾ ਹੈ, 3630 ਪਰ ਇਹ ਫੋਰਡ ਆ ਜਾਂ ਨਿਊ ਹੋਲੈਂਡ, ਸਮਝ ਜੀ ਨਹੀਂ ਰਹੇ ਬਾਈ। ਤੁਸੀਂ ਦੱਸਿਓ ਕਮੈਂਟ ਕਰਕੇ ਕੀ ਕੀ ਗੱਲਬਾਤ ਆ। ਅਤੇ ਹੁਣ ਇੱਦਾਂ ਕਰਦੇ ਹਾਂ, ਇਹ ਟਰੈਕਟਰ ਤਾਂ ਲਾਉਂਦਾ ਪਿਆ ਗਾ ਜ਼ੋਰ, ਚਾਹੇ ਇਹਦਾ ਡਬਲ ਡਬਲ ਟਾਇਰ ਆ,
ਪਰ ਤੋੜਦਾ ਪਿਆ, ਤੋੜਦਾ ਪਿਆ ਮਤਲਬ ਮਾੜਾ ਪਰ ਟਾਈਮ ਲਾਉਂਦਾ ਹੈਗਾ, ਪਰ ਤੋੜਦਾ ਪਿਆ ਹੈਗਾ ਇਹਨੇ। ਮੈਨੂੰ ਲੱਗਦਾ ਫੋਰ ਟਰੈਕਟਰ ਨੇ ਕੱਢ ਦੇਣਾ ਸੀ ਆ ਟਰਾਲਾ ਬਾਈ ਆਪਣਾ ਜਿਹੜਾ ਫਸਿਆ ਪਿਆ ਹੈਗਾ ਸੜਕ ਤੱਕ। ਪਰ ਆਪਾਂ ਚੈੱਕ ਕਰਨਾ ਗਾ ਆਹ ਫੋਰ ਟਰੈਕਟਰ ਦਾ ਜ਼ੋਰ ਬਾਈ। ਓਕੇ ਮੁੰਡੇ, ਸੋ ਦੇਖਦੇ ਹਾਂ ਅੱਜ ਹੀ ਲੈ ਕੇ ਆਉਂਦਾ ਆਪਾਂ ਇਹ ਟਰੈਕਟਰ। ਅਤੇ ਹਜੇ ਧੋਤਾ ਧੁੱਤਾ ਵੀ ਨਹੀਂ, ਕੁਛ ਨਹੀਂ ਕੀਤਾ, ਬਸ ਤੁਹਾਡੇ ਸਾਹਮਣੇ ਲੈ ਕੇ ਹੀ ਆਉਂਦਾ। ਅਤੇ ਹੁਣ ਆਪਾਂ ਨਾ ਇਹਦੀ ਪਾਵਰ ਚੈੱਕ ਕਰ ਲਈਏ ਇੱਕ ਵਾਰ। ਉਹਨੇ ਆ ਟਰਾਲਾ ਪਿੱਛੇ ਸਾਰਾ ਕੁਝ ਤਾਂ ਸਹੀ ਲੱਗਦਾ। ਸ਼ਾਬਾਸ਼। ਅਰੇ ਬਾਈ ਕਊਆ ਬਰਿਆਨੀ ਮੁੰਡੇ, ਇਹ ਤਾਂ ਕਲੋਲਾ। ਅਰੇ ਬਾਈ ਬਾਈ ਨੁਕਸਾਨ ਨਾ ਹੋ ਜਾਊ, ਰੋਜ਼ ਰੋਜ਼ ਆ ਟਰੈਕਟਰ ਨੂੰ ਪਾਸੇ ਕਰੀਏ। ਅਤੇ ਕਊਆ ਬਰਿਆਨੀ ਕੰਮ ਹੋ ਗਿਆ ਯਾਰ, ਰੋਜ਼ ਟਰੈਕਟਰ ਨੂੰ ਇੱਧਰ ਕਰੀਏ। ਆਹ ਟਰੈਕਟਰ ਘੱਟ ਚੱਕਿਆ ਜਾਂਦਾ ਸੀ ਨਾ ਮੁੰਡੇ, ਮੈਨੂੰ ਲੱਗਦਾ ਭਾਰਾ ਲੱਗਦਾ ਇਹਦੇ ਮੂਹਰੇ। ਬੰਪਰ ਬੁੰਪਰ ਇੱਧਰ ਚੈੱਕ ਕਰੋ, ਪੂਰਾ ਮੋਡੀਫਾਈ ਆ। ਉਹਦੇ ਟਰੈਕਟਰ ਪਿੱਛੇ ਲਾ ਦਿੰਦੇ ਆਪਾਂ। ਅਤੇ ਆ ਤਾਂ ਕਊਆ ਬਰਿਆਨੀ ਆਪਣੀ ਡੀਲ ਵਧੀਆ ਹੋਈ ਕਿ ਨਹੀਂ ਯਾਰ, ਇਹ ਦੱਸਿਓ ਤੁਸੀਂ ਮੈਨੂੰ। ਮੈਨੂੰ ਤਾਂ ਲੱਗਦਾ ਲੱਸੀ ਹੋ ਗਈ ਯਾਰ, ਕੀ ਕਹਿਣੇ ਮੁੰਡੇ। ਸਾਡੀ ਮਾਂ ਨੂੰ ਪੁੱਤ ਨਹੀਂ ਲੱਭਣੇ ਤੁਹਾਨੂੰ ਯਾਰ ਬਥੇਰੇ। ਅਰੇ ਬਾਈ ਫਸ ਗਿਆ, ਨਿਕਲਦਾ ਤਾਂ ਪਿਆ ਗਾ ਵੈਸੇ ਲੋ ਪਹਿਲੇ 'ਚ। ਅਰੇ ਬਾਈ ਦੱਬ ਗਿਆ, ਦੱਬ ਗਿਆ, ਫਸ ਗਿਆ ਬਾਈ, ਫਸ ਗਿਆ। ਅਰੇ ਬਾਈ ਓਏ ਫੋੜਾ, ਇਹ ਕੀ ਕਰਤਾ ਫੋੜ। ਹੁਣ ਤਾਂ ਨਿਕਲ ਜਾਏਗਾ ਨਾ ਤੂੰ, ਹੁਣ ਤਾਂ ਟਰਾਲੀ ਲਾਹਤੀ ਮੈਂ ਯਾਰ। ਬਾਈ ਇਹ ਤਾਂ ਲੱਸੀ ਕਰਾਤੀ, ਮੈਨੂੰ ਲੱਗਦਾ ਆਪਣੀ ਡੀਲ ਜਿਹੜੀ ਸੀਗੀ ਕਊਆ ਬਰਿਆਨੀ ਵਾਲੀ ਡੀਲ ਹੋ ਗਈ ਹੈ। ਕਿਆ ਗੁੰਡਾ ਬਣੇਗਾ ਬਾਈ ਯਾਰ, ਫੋੜਾ ਤੂੰ ਤਾਂ ਸੱਚੀ ਫੋੜਾ ਨਿਕਲ ਗਿਆ। ਅਰੇ ਯਾਰ ਮੁੰਡੇ ਉਹ ਤਾਂ ਇੱਥੋਂ ਹੀ ਨਿਕਲਦਾ ਪਿਆ ਹੁਣ, ਨਿਕਲ ਜਾ ਭਰਾਵਾ ਅਜੇ ਵਾਹਣ ਇੰਨਾ। ਮੈਨੂੰ ਲੱਗਦਾ ਗਲਤ ਡੀਲ ਕਰ ਲਈ ਬਾਈ ਆਪਾਂ, ਕੀ ਕਹਿਣੇ ਮੁੰਡੇ ਗਲਤ ਡੀਲ ਕਰ ਲਈ। ਲਿਆਈਏ ਫਿਰ ਆਪਾਂ ਆਪਣੇ ਨਾਲ ਗਿਆਰੇ ਨੂੰ, ਆਪਣੇ ਬਈਏ ਨੂੰ ਲਾ ਦਿੰਦੇ ਹਾਂ, ਇਹ ਕੱਢ ਦੂਗਾ ਬਾਈ। ਅਤੇ ਹੁਣ ਆਪਾਂ ਲੈ ਕੇ ਆਉਂਦੇ ਹਾਂ ਆਪਣਾ ਨਾਲ ਗਿਆਰਾ ਮੇਰੇ ਵੀਰੇ। ਡੀਲ ਮੈਨੂੰ ਲੱਗਦਾ ਆਪਣੀ ਵਧੀਆ ਨਹੀਂ ਰਹੀ ਇਸ ਵਾਰ। ਪਰ ਆਹ ਟਰੈਕਟਰ ਐਵੇਂ ਨਹੀਂ ਬਾਈ, ਇਹਨੇ ਲੈ ਕੇ ਆਉਂਦਾ ਸੀ ਉਹ ਟਰਾਲਾ, ਵੈਸੇ ਕੱਢ ਦੇਣਾ ਸੀ ਇਹਨੇ ਫੋੜਨ ਦੇ 36 ਸੋਹਣੇ। ਪਰ ਚਲੋ ਕੋਈ ਚੱਕਰ ਨਹੀਂ, ਹੁਣ ਬਈ ਇੱਕ ਗੱਲ ਆ ਮੁੰਡਿਓ, ਰੋਜ਼ ਟਰੈਕਟਰ 'ਤੇ ਬੈਠ ਪਹਿਲਾਂ ਦੀ ਪਿਆ ਗੋਡੀ ਨੂੰ, ਇਹਨੂੰ ਉਹ ਕਰ ਲਈਏ, ਇਹਨੂੰ ਆਪਾਂ ਲਾ ਦਈਏ। ਓਕੇ ਹੁਣ ਮੁੰਡਿਓ ਮੈਨੂੰ ਇੱਕ ਗੱਲ ਦੱਸਿਓ, ਆਪਣਾ ਉਹ ਫੋਰ ਟਰੈਕਟਰ ਹਜੇ ਉਹ ਬੁੜੀ ਤੋਂ ਨਿਕਲਿਆ ਨਹੀਂ, ਚੈੱਕ ਕਰੋ ਆਪਣੀ ਭਈਆ ਰਾਣੀ ਤੋਂ। ਅਤੇ ਆਹ ਜਿਹੜਾ 69 ਇਹ ਕੱਢ ਲੂਗਾ ਹੁਣ ਟਰਾਲੇ ਨੂੰ, ਇਹ ਤਾਂ ਟਰਾਲਾ ਆਪਾਂ ਸੜਕ 'ਤੇ ਲਿਆ ਸਕਦੇ ਹਾਂ ਆਪਣੇ ਟਰੈਕਟਰਾਂ ਨਾਲ। ਕੀ ਲੱਗਦਾ ਮੁੰਡਿਓ, ਕੀ ਲੱਗਦਾ ਤੁਹਾਨੂੰ ਦੱਸੋ ਯਾਰ, 69 ਆ। ਇੱਜ਼ਤ ਰੱਖ ਲਈ ਮੇਰਾ ਭਰਾ, ਹੁਣ ਇੱਜ਼ਤ ਰੱਖ ਲਈ ਬਾਈ, ਕਿਉਂਕਿ ਉਹ ਹੋਰ ਟਰੈਕਟਰ ਦਾ ਤਾਂ ਅੱਡਾ ਚੱਕਿਆ ਗਿਆ ਸੀ ਅਤੇ ਮੈਨੂੰ ਕੋਈ ਆਈਡੀਆ ਨਹੀਂ ਬਾਈ ਹੁਣ ਕੀ ਆਪਣਾ 69 ਦੇਖਦੇ ਹਾਂ।
ਦੇਖਦੇ ਹਾਂ ਕੀ ਬਣਦਾ। ਪਾਲਾ ਪੈ ਗਿਆ ਪਿੱਛੇ ਨੂੰ, ਤਾਂ ਬਹੁਤ ਵਧੀਆ ਲੈ ਕੇ ਜਾਂਦੇ ਹਾਂ, ਪਿੱਛੇ ਨੂੰ ਵੀ ਕੱਢ ਦਈਏ ਕਿਉਂਕਿ ਮੈਂ ਬੇਇੱਜ਼ਤੀ ਨਹੀਂ ਕਰਾਉਣੀ ਚਾਹੁੰਦਾ, ਮੈਂ ਪਿੱਛੇ ਨੂੰ ਵੀ ਕੱਢ ਦੇਣਾ, ਸੜਕ 'ਤੇ ਹੀ ਕੱਢਣੀ ਹੈ, ਕੀ ਕਹਿਣੇ? ਪਿੱਛੇ ਨੂੰ ਹੀ ਲੈ ਜਾਂਦੇ ਹਾਂ ਨਾ ਇਹ, ਕਿਉਂਕਿ ਜੇ ਨਾੜ ਗਿਆ ਇਹਨੇ ਵੀ ਲੱਸੀ ਕਰਾ ਲਈ ਫਿਰ ਤਾਂ ਆਪਣੀ ਬੇਇੱਜ਼ਤੀ ਹੋ ਜੂਗੀ, ਪਿੱਛੇ ਨੂੰ ਆਰਾਮ ਨਾਲ ਜਾਈ ਜਾਂਦਾ। ਪਰ ਟੈਨਸ਼ਨ ਨਹੀਂ ਲੈਣੀ ਮੁੰਡੇ, ਨਾੜ ਗਿਆਰਾ ਮੈਨੂੰ ਇੰਨਾ ਕੁ ਤਾਂ ਭਰੋਸਾ ਹੈਗਾ ਨਾੜ ਗਿਆਰੇ 'ਤੇ, ਪਾਈਏ ਫਿਰ ਅਗਲਾ ਗੇਰ, ਪਿੱਛੇ ਨੂੰ ਤਾਂ ਆਰਾਮ ਨਾਲ ਲੈ ਗਿਆ ਹੈ ਨਾ, ਸਾਰੇ ਟਰੈਕਟਰ ਲੈ ਜਾਂਦੇ, ਚੱਲ ਪਏ ਬੱਲੇ 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 ਬੱਲੇ, ਝੋਟਿਆਂ ਨੇ ਹੀ ਰੀਸਾਂ ਤੇਰੀਆਂ, ਵੈਰੀ ਗੁੱਡ ਯਾਰ, ਮੰਨ ਗਏ ਬਾਈ ਨਾੜ ਗਿਆਰੇ ਨੂੰ, ਮੰਨ ਗਏ ਮੁੰਡੇ ਉਹ, ਮੰਨ ਗਏ, ਮੰਨ ਗਏ ਬਾਬੇ ਉਹ, ਮੰਨ ਗਏ ਨਹੀਂ ਰੀਸਾਂ। ਚਲੋ ਹੁਣ ਤਾਂ ਬਣਦਾ ਸੀ ਕਿਉਂਕਿ ਅੱਡਾ ਚੱਕਣਾ, ਕਿਉਂਕਿ ਉਹ ਢਲਾਣ ਜੀ 'ਤੇ ਸੀਗਾ, ਪਰ ਮੰਨ ਗਏ ਬਾਬੇ, ਵੈਰੀ ਗੁੱਡ ਯਾਰ, ਨਾੜ ਗਿਆਰਾ ਤੂੰ ਮੇਰੀ ਲਾਜ ਰੱਖ ਲਈ, ਉਹ ਵੈਰੀ ਨਾਈਸ, ਵੈਰੀ ਨਾਈਸ। ਟਰਾਲੇ ਨੂੰ ਇੱਥੇ ਲਾਉਂਦੇ ਹਾਂ ਹੁਣ ਆਪਾਂ, ਸੜਕ 'ਤੇ ਲਿਆਂਦਾ ਟਰਾਲੇ ਨੂੰ ਬਾਈ, ਅਤੇ ਹੁਣ ਆਪਾਂ ਬਾਈ ਦੇ ਫੋਰ ਟਰੈਕਟਰ ਪਿੱਛੇ ਪਾ ਦਿੰਦੇ ਹਾਂ ਅਤੇ ਉਹ ਲੈ ਜੂਗਾ ਆਪੀ, ਸਾਡਾ ਜਿਹੜਾ ਕੰਮ ਸੀ ਆਪਣਾ ਮਿਸ਼ਨ ਸੀ ਉਹ ਆਪਾਂ ਹੁਣ ਕਰਾ ਦਿੱਤਾ ਮੇਰੇ ਕੋਲ। ਪਰ ਨਾੜ ਗਿਆਰੇ ਦੇ ਨਾਂ 'ਤੇ ਬਾਈ ਮਾਰ ਦਿਓ ਤਾੜੀਆਂ ਇੱਕ ਵਾਰੀ ਸਾਰੇ ਜਾਣੇ ਕਿ ਨਹੀਂ, ਪਰ ਉਹ ਇਹ ਹੁਣ ਤਾਂ ਚੱਕਿਆ ਜਾਂਦਾ ਕਿਉਂਕਿ ਉਹ ਢਲਾਣ ਜੀ 'ਤੇ ਆ ਬਾਈ, ਬਾਈ 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 ਬਾਈ, ਚੱਲ 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 ਚੱਲ, ਬਸ ਬਸ ਬਸ, ਬਹੁਤ ਬਹੁਤ ਲਾ ਦਿਓ, ਬਹੁਤ ਥੋੜ੍ਹੀ ਬਹਿਰੰਗਣਾ ਟੁੱਟ ਜਾਂਦਾ। ਟਰਾਲਾ ਆਪਾਂ ਕੱਢਣਾ ਸੀਗਾ ਬਾਈ, ਸੜਕ 'ਤੇ ਲਿਆਉਣਾ ਸੀ ਬਸ, ਦੈਟਸ ਇਟ, ਅਤੇ ਆਪਣਾ ਫੋਰ ਟਰੈਕਟਰ ਹਜੇ ਉਹ ਤੋਂ ਨਿਕਲਿਆ ਨਹੀਂ ਬਾਈ, ਜਿਹੜਾ ਲਿਆਂਦਾ ਆਪਣਾ ਟਰੈਕਟਰ, ਚੈੱਕ ਕਰੋ ਤੁਸੀਂ, ਧੱਕਾ ਲਾ ਦੀਏ ਇਹਨੂੰ, ਧੱਕਾ ਲਾ ਦੀਏ ਫਿਰ ਆਪਾਂ, ਉਹ ਮਸ਼ੀਨ ਵੀ ਆਪਣੀ ਖੜ ਗਈ, ਮੈਨੂੰ ਲੱਗਦਾ ਮਾਲ ਪੱਤਾ ਉਹਦਾ ਵੀ ਭਰ ਗਿਆ। ਚੱਲ ਸ਼ੁਕਰ, ਵੈਰੀ ਗੁੱਡ, ਲਓ ਮੇਰੇ ਵੀਰੇ, ਅਤੇ ਇੱਕ ਵਾਰੀ ਨਾ ਮੈਂ ਮਾੜਾ ਕੁਝ ਦੇਖਿਆ ਵਾ ਬਾਈ, ਅਤੇ ਬਾਅਦ 'ਚੋਂ ਫਿਰ ਨਹੀਂ, ਪਹਿਲਾਂ ਟਰੈਕਟਰ ਦੇ ਪਿੱਛੇ ਪਾ ਦਈਏ ਰੋਜ਼ ਯਾਰ, ਟਰਾਲਾ ਪਾ ਦਈਏ ਬਾਈ, ਉਹਨੀ ਲੈ ਜਾਣਗੇ ਆਪੇ, ਕੋਈ ਚੱਕਰ ਨਹੀਂ। ਅਤੇ ਬਾਈ ਦੇ ਫੋੜ ਦੇ ਪਿੱਛੇ, ਅਤੇ ਆਹ ਫੋੜ ਮੂੜੇ ਕਿੱਦਾਂ ਲੱਗਿਆ ਦੱਸੋ ਯਾਰ, ਇਹ ਇੱਦਾਂ ਨਹੀਂ ਲੱਗਦਾ ਜਿੱਦਾਂ ਪੋਲੀਆ ਜਿਹਾ ਹੋਇਆ ਹੁੰਦਾ ਇਹਨੂੰ, ਪਤਾ ਨਹੀਂ ਮੈਨੂੰ ਇੱਦਾਂ ਦੀ ਫੀਲਿੰਗ ਜੀ ਹੁੰਦੀ ਹੈ ਇਹਨੂੰ ਦੇਖ ਕੇ ਟਰੈਕਟਰ ਨੂੰ, ਪਰ ਉਹਦਾ ਟਰੈਕਟਰ ਘੈਂਟ ਆ, ਪਰ ਪਤਾ ਨਹੀਂ ਆਕੜਿਆ ਜਿਹਾ ਲੱਗਦਾ ਜਿੱਦਾਂ, ਪਤਾ ਨਹੀਂ ਕੀ ਹੋਇਆ ਹੁੰਦਾ ਇਹਨੂੰ। ਬਾਕੀ ਤੁਸੀਂ ਦੱਸਿਓ ਬਾਈ, ਅੱਜ ਵਾਲੀ ਆਪਣੀ ਡੀਲ ਤਾਂ ਐਵੇਂ ਸੀਗੀ ਹੈ ਨਾ, ਕਲੋਲਾਂ ਹੋ ਗਈਆਂ, ਅਤੇ ਆਹ ਬਾਈ ਹੁਣੀ ਆਪ ਹੀ ਲੈ ਜਾਣਗੇ ਹੁਣ ਟਰੈਕਟਰ ਨੂੰ ਬਾਈ, ਕਿੱਥੇ ਆਪਾਂ ਪਾ ਕੇ ਖੜਾਤਾ ਬਾਈ ਹੁਣਾਂ ਦਾ, ਅਤੇ ਹੁਣ ਆਪਾਂ ਕੇ ਰਹਿਣਾ ਦੂਜਾ ਨਾੜ ਗਿਆਰੇ ਨਾਲ ਟਰਾਲਾ ਦੇਖੇਗੀ। ਅਤੇ ਬਾਕੀ ਮੈਨੂੰ ਬਈਆਂ ਦਾ ਪਤਾ ਨਹੀਂ ਬਾਈ, ਆਪਣੇ ਬਈਏ ਕਿੱਧਰ ਫਿਰਦੇ ਆ ਦੂਜਾ ਟਰੈਕਟਰ ਲਈ, ਜਿਹੜਾ 855 ਸੀਗਾ, ਸੋਰੀ ਸੱਚ 963, ਉਹ ਟਰੈਕਟਰ ਪਤਾ ਨਹੀਂ ਕਿੱਧਰ ਗਏ ਆਪਣੇ, ਮੈਂ ਦੇਖਦਾ ਬਾਈ। ਪਰ ਸਭ ਤੋਂ ਪਹਿਲਾਂ ਹੁਣ ਆਪਾਂ ਨਾ ਟਰਾਲਾ ਪਾ ਲਈਏ ਪਿੱਛੇ, ਮਸ਼ੀਨ ਦੇ ਜਿੰਨੇ ਕੱਢੇ ਆ ਬਾਈ ਆਪਾਂ ਲੈ ਜਾਂਦੇ ਹਾਂ, ਚੱਲ ਬਈ ਨਾੜ ਗਿਆਰਿਆ। ਵੈਸੇ ਹੈਗੀ ਜਾਣ ਬਾਈ ਆ ਟਰੈਕਟਰ ਜਿਹੜਾ ਆਪਣਾ ਨਾ ਨਾੜ ਗਿਆਰਾ, ਇਹ 'ਚ ਗੱਲਬਾਤ ਹੈਗੀ ਆ, ਇਹਦਾ ਮਾੜੀ ਮੋਟੀ ਗੱਲ ਤੁਹਾਡੀ, ਪਰ ਇਹ ਮੈਂ ਟਰੈਕਟਰ ਤੁਹਾਨੂੰ ਦਿਖਾਊਂਗਾ ਕਿਸੇ ਦਿਨ, ਜਿੱਦਣ ਆਪਣਾ ਧੋਤਾ ਨਾ ਉੱਦਣ ਤੁਸੀਂ ਚੈੱਕ ਕਰੋ ਬਾਈ, ਬਹੁਤ ਘੈਂਟ ਟਰੈਕਟਰ ਹੈ, ਕਿਉਂਕਿ ਇੱਦਾਂ ਦਾ ਤੁਹਾਨੂੰ ਰੰਗ ਇਹਦਾ ਉੱਡਿਆ ਜਿਹਾ ਲੱਗਦਾ। ਭਰਾ ਲਈਏ ਮਾਲ ਫੇਰ, ਉਹ ਹਾਲ ਆ ਖੜਾ, ਅਤੇ ਟਰੈਕਟਰ ਮਾਮੇ ਹੀਰ ਦੇ ਕਿੱਧਰ ਲੈ ਗਏ ਯਾਰ, ਕਮਾਲ ਦੀ ਗੱਲ ਨਹੀਂ ਬਾਈ। ਦੇਖੋ ਯਾਰ ਹੁਣ ਬੰਦਾ ਕੀ ਕਰੇ ਬਾਈ, ਕੀ ਕਵੇ ਉਹਨਾਂ ਨੂੰ।
ਆਪਣਾ ਕਿੱਲੇ ਦਾ ਕੰਮ ਮੁੱਕ ਗਿਆ। ਪਿਛਲੀ ਵਾਰੀ ਆਪਾਂ ਅੱਧਾ ਕਿੱਲਾ ਕੀਤਾ ਸੀ, ਹੁਣ ਫਿਰ ਆ ਹੋ ਗਿਆ, ਪਰ ਆਹ ਹਾਲਾਂ ਖੜੇ ਬਾਈ ਆਪਣੇ ਟਰੈਕਟਰ ਦੇ ਦੂਜੇ ਦੇ, ਅਤੇ ਆਹ ਟਰਾਲਾ ਨਹੀਂ ਮੈਨੂੰ ਲੱਗਦਾ ਭਰਦਾ ਬਾਈ, ਇਹ ਟਰਾਲੇ ਨੂੰ ਭਰਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਲੱਗਦਾ ਮੈਨੂੰ। ਚਲੋ ਲੈ ਬਾਈ ਜੀ, ਆਪਾਂ ਇੱਥੇ ਨੂੰ ਕੱਢ ਦਿੰਦੇ ਹਾਂ ਬਾਈ, ਅਤੇ ਬਾਕੀ ਮੈਂ ਬਾਅਦ 'ਚੋਂ ਹੀ ਜਾਊਂਗਾ ਬਾਈ ਚਾਹ ਚੂਹ ਪੀ ਕੇ, ਹੁਣ ਮੰਡੀ ਵਾਲਿਆਂ ਨੂੰ ਆਹ ਸਮਾਨ ਪੱਤਾ ਛੱਡਣ, ਮਾਲ ਪੱਤਾ ਛੱਡਣ। ਆਹ ਛੋਟੇ ਵਾਹ ਭਾਅ ਜੀ, ਇਹ ਤਾਂ ਕਲੋਲਾ ਹੋ ਗਿਆ। ਕੁਛ ਨਹੀਂ, ਕਿਸੇ ਨੇ ਕੁਛ ਦੇਖਿਆ ਬਾਈ? ਨਹੀਂ ਦੇਖਿਆ ਨਾ, ਕੋਈ ਨਾ, ਨਹੀਂ ਦੇਖਿਆ ਬਾਈ ਤੁਸੀਂ? ਕੁਛ ਨਹੀਂ ਦੇਖਿਆ ਮੇਰੇ ਵੀਰ, ਇਹ ਤਾਂ ਆਪਾਂ ਉੱਦਾਂ ਹੈਂਡ ਬ੍ਰੇਕ ਜੇ ਲਾ ਕੇ ਖੜਾਇਆ ਹੈਗਾ, ਅਤੇ ਇੱਧਰ ਹੁਣ ਆ ਮੈਂ ਹਾਲ ਪਿੱਛੇ ਕਰਨੇ ਆ, ਪਰ ਮੈਨੂੰ ਲੱਗਦਾ ਇੱਧਰ ਆਪਣਾ ਨਾੜ ਗਿਆਰੇ ਦਾ ਵੀ ਕੰਮ ਹੋ ਗਿਆ, ਟਰਾਲਾ ਮੈਨੂੰ ਲੱਗਦਾ ਉੱਧਰ ਲੱਗ ਗਿਆ ਥੱਲੇ। ਇੱਧਰ ਚੈੱਕ ਕਰੋ ਤੁਸੀਂ, ਆਹ ਦੇਖੋ ਇੱਧਰ ਟਰਾਲੇ ਦਾ ਟਾਇਰ ਪੈਰ 'ਚ ਵੜ ਗਿਆ, ਪਰ ਕੋਈ ਚੱਕਰ ਨਹੀਂ ਮੇਰੇ ਵੀਰੋ। ਅਤੇ ਉਮੀਦ ਕਰਦੇ ਹਾਂ ਅੱਜ ਦਾ ਐਪੀਸੋਡ ਤੁਹਾਨੂੰ ਵਧੀਆ ਲੱਗਿਆ ਹੋਊਗਾ, ਪਰ ਯਾਰ ਉਹ ਟਰੈਕਟਰ ਨੂੰ ਬਾਈ ਦੱਸੋ ਆਪਾਂ ਸੈੱਲ ਹੀ ਕਰਦੇ ਜਾਣਾ, ਕਿਉਂਕਿ ਉਹਨੇ ਬਾਈ ਆਪਣੀ ਬੇਇੱਜ਼ਤੀ ਕਰਾਤੀ, ਸਿੱਧੀ ਗੱਲ ਆ, ਨਿਕਲਿਆ ਨਹੀਂ ਸੀ ਉੱਥੋਂ। ਪਰ ਉਮੀਦ ਕਰਦੇ ਹਾਂ ਅੱਜ ਦਾ ਐਪੀਸੋਡ ਤੁਹਾਨੂੰ ਵਧੀਆ ਲੱਗਿਆ ਹੋਊਗਾ, ਬਾਕੀ ਕਮੈਂਟ ਕਰਕੇ ਦੱਸਿਓ ਕਿਹੜਾ ਟਰੈਕਟਰ ਲੈ ਕੇ ਆਈਏ ਅਗਲਾ ਬਾਈ, ਅਤੇ ਕੀ ਕਰੀਏ ਹੁਣ ਤੁਸੀਂ ਦੱਸਿਓ ਮੈਨੂੰ, ਆਹ ਆਪਾਂ ਪੈਲੀ 'ਚ ਕੀ ਕੀਤਾ ਜਾਵੇ, ਕੀ ਕਰੀਏ ਕੀ ਨਹੀਂ। ਬਾਈ ਮਿਲਦੇ ਹਾਂ ਤੁਹਾਨੂੰ ਫਿਰ ਅਗਲੇ ਐਪੀਸੋਡ ਵਿੱਚ, ਮਤਲਬ ਖਿਆਲ ਰੱਖਿਓ ਸਾਰੇ ਜਣੇ, ਜੇ ਨਵੇਂ ਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਬਾਈ, ਜੇ ਪੁਰਾਣੇ ਆ ਤਾਂ ਕਮੈਂਟ ਕਮੁੰਟ ਕਰ ਦਿਆ ਕਰੋ ਮੇਰੇ ਭਰਾ। ਮਿਲਦੇ ਹਾਂ ਅਗਲੇ ਐਪੀਸੋਡ ਵਿੱਚ, ਰੱਬ ਰਾਖਾ ਮੇਰੇ ਵੀਰੋ, ਚੱਲ ਬਾਈ।